ਸਤਿ ਸ਼੍ਰੀ ਅਕਾਲ, ਮੇਰਾ ਨਾਮ ਸਿਮਰਨਜੀਤ ਸਿੰਘ, ਪਿੰਡ ਮਚਾਕੀ ਮਾਲ ਸਿੰਘ, ਜ਼ਿਲ੍ਹਾ ਫਰੀਦਕੋਟ, ਉੱਥੋਂ ਦਾ ਮੈਂ ਰਹਿਣ ਵਾਲਾ। ਮੇਰਾ ਭਾਰ 1 ਕੁਇੰਟਲ 60 ਕਿਲੋ ਸੀਗਾ। ਪਹਿਲਾਂ ਵੀ ਮੈਂ ਵੀਡੀਓ ਬਣਾਈ ਹੈ, ਉਹਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਮੈਂ ਡਰਦਾ ਵੀ ਬਹੁਤ ਸੀਗਾ। ਜਦੋਂ ਓਪਰੇਸ਼ਨ ਕਰਾਉਣ ਆਇਆ ਮੈਂ ਡਰਦਾ ਸੀਗਾ, ਮੈਂ ਕਿਹਾ ਵੀ ਮੇਰਾ ਓਪਰੇਸ਼ਨ ਕਰਾਇਆ ਤਾਂ ਵੀ ਮੈਨੂੰ ਕਿਤੇ ਕੀ ਜਿਵੇਂ ਪਹਿਲਾਂ ਦੂਜੀ ਵੀਡੀਓ 'ਚ ਦੱਸਿਆ ਸੀਗਾ ਸਾਡੇ ਪਿੰਡੋਂ ਮੁੰਡੇ ਨੇ ਕਰਾਇਆ, ਉਹਦੀ ਡੈਥ ਹੋ ਗਈ। ਉਹਦਾ ਵੀ ਵੇਟ ਐਂ ਸੀ, ਉਹਨੇ ਓਪਰੇਸ਼ਨ ਕਰਾ ਲਿਆ, ਉਹਦੀ ਡੈਥ ਹੋ ਗਈ। ਮੈਂ ਵੀ ਡਰ ਗਿਆ, ਮੈਂ ਹਜੇ ਓਪਰੇਸ਼ਨ ਕਰਾਇਆ ਕਿਤੇ ਮੇਰੇ ਨਾਲ ਵੀ ਉਹ ਬਹਾਨਾ ਨਾ ਵਰਤ ਜੀ। ਫਿਰ ਮੈਨੂੰ ਇੱਕ ਰਿਸ਼ਤੇਦਾਰ ਨੇ ਸਾਡੇ ਨੇ ਮੈਨੂੰ ਲੈ ਕੇ ਆਇਆ ਇੱਥੇ ਡਾਕਟਰ ਅਮਿਤ ਸੂਦ ਕੋਲ ਅਤੇ ਮੇਰਾ ਓਪਰੇਸ਼ਨ ਕਰਾਇਆ ਅਤੇ ਮੈਂ ਹੁਣ ਬਹੁਤ ਵਧੀਆ ਫੀਲ ਕਰਦਾ। ਜਦੋਂ ਮੈਂ ਖੇਤ ਦੇ ਵਿੱਚ ਕੰਮ ਕਰਦਾ ਸੀਗਾ ਤਾਂ ਮੈਨੂੰ ਕੋਈ ਹੁਣ ਥਕਾਵਟ ਨਹੀਂ ਮਹਿਸੂਸ ਹੁੰਦੀ ਗੀ, ਕੋਈ ਮੈਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਗੀ। ਅੱਗੇ ਮੈਨੂੰ ਇੰਨੀ ਦਿੱਕਤ ਆਉਂਦੀ ਸੀਗੀ ਕਿ ਮੇਰਾ ਜੀ ਕਰਦਾ ਸੀਗਾ ਮੈਂ ਛਾਵੇਂ ਭੱਜਾਂ। ਹੁਣ ਇਸ ਟਾਈਮ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਗੀ। ਹੁਣ ਜਿਹੜਾ ਕੋਈ ਵੀ ਮੈਨੂੰ ਦੇਖਦਾ ਉਹ ਮੈਨੂੰ ਕਹਿ ਦਿੰਦਾ ਯਾਰ ਤੂੰ ਤਾਂ ਪਤਲਾ ਹੀ ਹੋ ਗਿਆ ਅਤੇ ਕੰਮ ਵੀ ਬਹੁਤ ਕਰਨ ਲੱਗ ਗਿਆ, ਮੇਰਾ ਸਾਹ ਵੀ ਬਹੁਤ ਚੜ੍ਹਨੋਂ ਹਟ ਗਿਆ। ਜਦੋਂ ਮੈਂ ਓਪਰੇਸ਼ਨ ਕਰਾਇਆ ਸੀਗਾ ਉਦੋਂ ਮੇਰਾ ਵੇਟ 1 ਕੁਇੰਟਲ 60 ਕਿਲੋ ਸੀਗਾ, ਹੁਣ ਮੇਰਾ ਵੇਟ 50 ਕਿਲੋ ਘੱਟ ਗਿਆ। 50 ਕਿਲੋ ਘਟਣ ਬਾਵਜੂਦ ਵੀ ਮੈਂ ਸਾਰਾ ਕੰਮ ਕਰਦਾ, ਲੋਕ ਮੈਨੂੰ ਪਛਾਣਦੇ ਵੀ ਨਹੀਂ ਗੇ ਵੀ ਕੀ ਉਹਦਾ ਨਾਂ ਉਹੀ ਹੈ। ਇਹ ਮੇਰੇ ਕੱਪੜੇ ਇੰਨੇ ਖੁੱਲ੍ਹੇ ਹੋ ਗਏ ਆ ਅਤੇ ਤੋਰਾ ਫੇਰਾ ਵੀ ਮੈਨੂੰ ਇੰਨਾ ਮਹਿਸੂਸ ਹੁੰਦਾ ਵੀ ਮੈਂ ਤੁਰਾਂ ਫਿਰਦਾ ਤਾਂ ਮੈਨੂੰ ਥਕਾਵਟ ਕੋਈ ਵੀ ਮਹਿਸੂਸ ਨਹੀਂ ਹੁੰਦੀ ਗੀ। ਮੈਨੂੰ ਕੋਈ ਪਛਾਣਦਾ ਵੀ ਨਹੀਂ। ਮੇਰੇ ਚਾਚੇ ਦਾ ਲੜਕਾ ਕੈਨੇਡਾ 'ਚੋਂ ਆਇਆ, ਉਹ ਆ ਕੇ ਉਹਨੇ ਆ ਕੇ ਘਰ ਵੜ ਗਿਆ, ਮੈਂ ਬਾਰ ਦੇ ਵਿੱਚ ਬੈਠਾ ਸੀਗਾ। ਉਹ ਮੈਨੇ ਵੇਖਿਆ ਵੀ ਕਿ ਉਹਦਾ ਨਾ ਘਰ ਹੀ ਨਹੀਂ ਗਾ ਸਿਮਰਨਜੀਤ, ਅਤੇ ਕਿੱਥੇ ਆ ਘਰਦੇ ਕਹਿੰਦੇ ਹੋ ਕਿ ਉਹ ਬਾਰ 'ਚ ਬੈਠਾ ਹੈ, ਅੱਗੇ ਉੱਥੇ ਤਾਂ ਹੈ ਨਹੀਂ ਗਾ, ਅੱਗੇ ਉਹਦਾ ਮੋਟਾ ਬਹੁਤ ਸੀਗਾ ਅਤੇ ਇਹ ਤਾਂ ਪਤਲਾ ਜਿਹਾ ਬੰਦਾ ਬੈਠਾ, ਅੱਗੇ ਇਹ ਉਹੀ ਆ। ਫਿਰ ਉਹਨੇ ਮੈਨੂੰ ਆ ਕੇ ਦੇਖਿਆ, ਮੈਨੂੰ ਕਹਿੰਦਾ ਯਾਰ ਕਹਿੰਦਾ ਤੂੰ ਤਾਂ ਬਹੁਤ ਲੂਜ਼ ਹੋ ਗਿਆ। 6 ਮਹੀਨਿਆਂ ਦੇ ਵਿੱਚ ਹੀ ਮੇਰਾ 50 ਕਿਲੋ ਵੇਟ ਘੱਟ ਗਿਆ ਅਤੇ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਖਾਣ ਦੀ ਪੀਣ ਦੀ। ਮੈਂ ਡਰਦਾ ਸੀਗਾ, ਮੈਂ ਪਹਿਲਾਂ ਪੈੱਗ ਲਾਉਂਦਾ ਹੁੰਦਾ ਸੀਗਾ ਅਤੇ ਮੈਂ ਡਰਦਾ ਸੀਗਾ ਵੀ ਮੈਨੂੰ ਕਿਤੇ ਵੀ ਪੈੱਗ ਛਡਾ ਦੇਣਗੇ, ਪਰ ਨਹੀਂ, ਜਿੰਨਾ ਮੈਂ ਚਾਹੁੰਦਾ 1 ਦਿਨ ਦੇ ਵਿੱਚ 5 ਦਿਨ ਪੀ ਲੈਂਦਾ। ਮੈਂ ਡਾਕਟਰ ਸਾਹਿਬ ਨੂੰ ਦੱਸਿਆ, ਡਾਕਟਰ ਸਾਹਿਬ ਕਹਿੰਦਾ ਵੀ ਇਹਦੇ ਨਾਲ ਥੋੜ੍ਹਾ ਜਿਹਾ ਤੁਸੀਂ ਘੱਟ ਕਰ ਲਓ। ਮੈਂ ਹੀ ਮੇਰੇ ਤੋਂ ਨਹੀਂ ਹੁੰਦੀ ਗੀ, ਚੱਲ ਕਹਿੰਦਾ ਤੁਸੀਂ ਲੈ ਲਿਆ ਕਰੋ, ਕੋਈ ਚੱਕਰ ਨਹੀਂ, ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ। ਹੁਣ ਇਸ ਟਾਈਮ ਮੈਂ ਬਹੁਤ ਵਧੀਆ ਕਿ ਉਹਦਾ ਨਾਲ ਫੀਲ ਕਰਦਾ, ਬਹੁਤ ਵਧੀਆ ਤੁਰਾ ਫਿਰਾ ਕਰਦਾ। ਜਦੋਂ ਮੈਂ ਪਿੰਡ ਦੇ ਵਿੱਚ ਹੁਣ ਇਲੈਕਸ਼ਨ ਸੀ, ਪਿੰਡ ਦੇ ਵਿੱਚ ਵੀ ਜਾਂਦਾ ਸੀਗਾ ਜਾਂ ਕਿਤੇ ਹੋਰ ਯਾਰ ਮਿੱਤਰਾਂ ਕੋਲ ਜਾਂਦਾ ਸੀਗਾ, ਸਾਰੇ ਮੈਨੂੰ ਇਹ ਪੁੱਛਦੇ ਸੀਗੇ ਵੀ ਤੇਰੇ ਯਾਰ ਤੂੰ ਸੁੱਕਦਾ ਜਾਂਦਾ। ਫਿਰ ਜਦੋਂ ਮੈਂ ਕਿਸੇ ਨੂੰ ਦੱਸਣਾ ਵੀ ਓਪਰੇਸ਼ਨ ਕਰਾਇਆ ਯਾਰ ਤੇਰਾ ਤਾਂ ਬਹੁਤ ਫਰਕ ਪੈ ਗਿਆ, ਮੈਨੂੰ ਸਾਰੇ ਇਹੀ ਕਹਿੰਦੇ ਆ ਵੀ ਯਾਰ ਸਾਨੂੰ ਵੀ ਦੱਸ ਉੱਥੇ ਡਾਕਟਰ ਕੋਲੋਂ, ਅਸੀਂ ਵੀ ਓਪਰੇਸ਼ਨ ਕਰਾਉਣਾ। ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਰਾਏ ਦਿੰਦਾ, ਡਾਕਟਰ ਅਮਿਤ ਸੂਦ ਮੋਗੇ ਉੱਥੋਂ ਓਪਰੇਸ਼ਨ ਕਰਾਓ, ਅਤੇ ਜੇ ਤੁਸੀਂ ਕੀ ਉਹਦਾ ਨਾ ਡਰਨ ਦੀ ਕੋਈ ਲੋੜ ਨਹੀਂ। ਉੱਥੋਂ ਦਾ ਸਟਾਫ ਇੰਨੀ ਹੀ ਮੇਰੀ ਕੇਅਰ ਕਰਦਾ, ਇੰਨੀ ਹੀ ਸਾਰਿਆਂ ਦੀ ਕੇਅਰ ਕਰਦਾ, ਇਕੱਲੀ ਮੇਰੀ ਨਹੀਂ। ਜਦੋਂ ਹੁਣ ਜਾਣਾ ਮੈਂ ਤਾਂ ਜਦੋਂ ਜਾ ਕੇ ਅਗਰ ਉੱਥੇ ਜਾ ਵੜਦਾ ਉਹਨਾਂ ਨੇ ਪੂਰਾ ਫੋਲੋਅਪ ਕਰਦੇ ਆ, ਕਹਿੰਦੇ ਆ ਵੀ ਤੁਸੀਂ ਆ ਗਏ, ਤੁਸੀਂ ਦਾ ਵੇਟ ਬਹੁਤ ਘੱਟ ਗਿਆ। ਉਦੋਂ ਮੈਂ ਸ਼ੁਕਰਾ ਕਰਦਾ ਵੀ ਕੀ ਉਹਦਾ ਨਾ ਸ਼ੁਕਰ, ਜੇ ਤੁਸੀਂ ਕੀ ਉਹਦਾ ਨਾ ਮੇਰੀ ਨਾ ਮਿਹਨਤ ਕੀਤੀ ਅਤੇ ਮੇਰੇ ਨਾਲ ਇਹ ਕੁਛ ਹੋਇਆ ਤਾਂ ਮੇਰਾ ਵੇਟ ਘੱਟ ਗਿਆ, ਮੈਂ ਬਹੁਤ ਜ਼ਿਆਦਾ ਸੌਖਾ ਹੋ ਗਿਆ। ਜੇ ਮੈਂ ਵੇਟ ਨਾ ਘਟਾਉਂਦਾ ਤਾਂ ਬਹੁਤ ਜ਼ਿਆਦਾ ਦੁਖੀ ਸੀਗਾ। ਮੈਨੂੰ ਰਿਸ਼ਤੇਦਾਰੀ 'ਚ ਜਾ ਕੇ ਨਾ ਜਦੋਂ ਰਾਤ ਨੂੰ ਜਾਂਦਾ ਸੀਗਾ ਤਾਂ ਉੱਥੇ ਮੈਨੂੰ ਰਹਿਣ ਨੂੰ ਜੀ ਨਹੀਂ ਕਰਦਾ ਸੀਗਾ ਵੀ ਇੰਨੇ ਘਰਾੜੇ ਵੱਜਦੇ ਸੀਗੇ ਅਤੇ ਬੁਰੇ ਹਾਲ ਹੁੰਦਾ ਸੀ, ਸਾਹ ਔਖਾ ਆਉਂਦਾ ਸੀਗਾ। ਹੁੰਦਾ ਰਿਸ਼ਤੇਦਾਰੀ 'ਚ ਜਾ ਕੇ ਕਹਿ ਦਈਦਾ ਵੀ ਯਾਰ ਕੋਈ ਚੱਕਰ ਨਹੀਂ, ਜਿੰਨਾ ਚਿਰ ਮਰਜ਼ੀ ਰਹਿ ਪਈਏ ਕੋਈ ਕੀ ਉਹਦਾ ਨਾ ਚੱਕਰ ਨਹੀਂ ਆਉਂਦਾ ਗਾ ਵੀ ਘਰਾੜੇ ਵੱਜਣਗੇ ਜਾਂ ਸ਼ਰਮ ਆਊਗੀ ਜਾਂ ਵਿਆਹ 'ਤੇ ਜਾਣਾ। ਅੱਗੇ ਜਵਾਕਾਂ ਨੇ ਦੇਖ ਦੇਖ ਮੈਨੂੰ ਹੱਸਣਾ ਵੀ ਉਹ ਮੋਟਾ ਕਿੱਡਾ ਜਾਂਦਾ, ਹੁਣ ਕੋਈ ਜਵਾਕ ਨਹੀਂ ਹੱਸਦਾ ਗਾ, ਅਗਲਾ ਕਹਿੰਦਾ ਯਾਰ ਬੰਦਾ ਜਾਂਦਾ। ਜਦੋਂ ਕੱਪੜੇ ਬਣਵਾਉਣ ਜਾਂਦਾ ਹੁੰਦਾ ਸੀਗਾ ਦਰਜੀ ਮੈਨੂੰ ਕਹਿੰਦਾ ਹੁੰਦਾ ਸੀਗਾ ਵੀ ਵੱਡਾ ਥਾਂ ਲੈ ਕੇ ਆ, ਉਹਦੇ ਨਾਲ ਕੱਪੜੇ ਬੰਨਗੇ। ਹੁਣ ਮੈਂ ਜਦੋਂ ਕੱਪੜੇ ਬਣਾਉਣ ਜਾਂਦਾ ਉਦੋਂ ਛੋਟੇ ਜਿਹੇ ਥਾਂ 'ਚੋਂ ਹੀ ਬਣ ਜਾਂਦੇ ਆ ਅਤੇ ਹੁਣ ਮੈਂ ਵਾਰੀ ਵਾਰੀ ਕੱਪੜੇ ਭੀੜੇ ਕਰਾਉਂਦਾ ਉਹ ਦਰਜੀ ਆਪਦੀਆਂ ਦੁਕਾਨਾਂ ਦੇ ਵਿੱਚ ਹੀ ਬਾਇਆ। ਮੇਰੇ ਜਿਹੜੇ ਕੱਪੜੇ 15 ਦਿਨਾਂ ਦੇ ਵਿੱਚ ਮੈਨੂੰ ਘੱਟ ਤੋਂ ਘੱਟ 2 ਇੰਚ ਭੀੜਾ ਕਰਾਉਣਾ ਪੈਂਦਾ। ਇਹਦੇ ਕਰਕੇ ਦੋਸਤੋ ਮੈਂ ਕਹਿੰਦਾ ਵੀ ਜਿਹੜਾ ਕੋਈ ਬੰਦਾ ਡਰਦਾ ਓਪਰੇਸ਼ਨ ਕਰਾਉਣ ਤੋਂ ਜਾਂ ਕਿਸੇ ਗੱਲ ਦੀ ਦਿੱਕਤ ਹੈ, ਮੇਰਾ ਫੋਨ ਨੰਬਰ ਹੈਗਾ 9876160065। ਜਦੋਂ ਮਰਜ਼ੀ ਮੈਨੂੰ ਫੋਨ ਕਰਕੇ ਪਤਾ ਕਰ ਲਓ, ਮੈਂ ਸਾਰਾ ਕੁਛ ਹੀ ਬੰਦੇ ਦੇ ਨਾਲ ਜਾ ਕੇ ਵੀ ਉਹਦੇ ਡਾਕਟਰ ਸਾਹਿਬ ਕੋਲ ਜਾ ਕੇ ਵੀ ਉਹਨੂੰ ਮਿਲਾ ਸਕਦਾ। ਜਿਹੜੇ ਬੰਦੇ ਨੇ ਵੀ ਮਿਲਣਾ ਭਾਵਾਂ ਜੇ ਕਿਸੇ ਨੂੰ ਡਰ ਹੈ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਜਾ ਕੇ ਨਾਲ ਮਿਲਾ ਲਊਂਗਾ ਜਾਂ ਮੈਨੂੰ ਫੋਨ ਕਰ ਲਓ, ਮੈਂ ਆਪੇ ਤੁਹਾਨੂੰ ਮਿਲ ਕੇ ਉੱਥੇ ਡਾਕਟਰ ਸਾਹਿਬ ਕੋਲ ਲੈ ਜੂੰਗਾ। ਇਹਦੇ ਜਿੰਨਾ ਕਿ ਮੈਂ ਸਕੂਨ ਮਹਿਸੂਸ ਕਰਦਾ ਉਨਾ ਹੀ ਹਰ ਇੱਕ ਬੰਦਾ ਕਰੇ, ਮੋਟੇ ਬੰਦੇ ਨੂੰ ਦਿੱਕਤ ਨਾ ਆਵੇ। ਸਤਿ ਸ਼੍ਰੀ ਅਕਾਲ।